ਸ੍ਰੀਕਾਲ ਜੀ। ਮੈਂ ਕੁਲਦੀਪ ਸਿੰਘ, ਪੁੱਤਰ ਸਰਦਾਰ ਕਰਮ ਸਿੰਘ ਜੀ, ਸਾਬਕਾ ਸਰਪੰਚ, ਪਿੰਡ ਬਾੜਾ ਜਗੀਰ, ਜ਼ਿਲ੍ਹਾ ਜਲੰਧਰ। ਉਹਨਾਂ ਨੇ ਤਕਰੀਬਨ 12-13 ਸਾਲ ਸਾਡੇ ਪਿੰਡ ਦੀ ਸਰਪੰਚੀ ਕੀਤੀ ਔਰ ਸਰਪੰਚੀ ਦੌਰਾਨ ਬਹੁਤ ਸੋਹਣੇ ਸਾਰੇ ਕੰਮ ਕਰਵਾਏ। ਅਤੇ ਸਾਡੇ ਪਿੰਡ ਦੀ ਇੱਕ ਸਭ ਤੋਂ ਵੱਡੀ ਖਾਸੀਅਤ ਇਹ ਆ ਜੀ, ਜਦੋਂ ਪੰਚਾਇਤਾਂ ਦਾ ਬਣਦੀਆਂ, ਅਜੇ ਤੱਕ ਸਾਡੀ ਇਲੈਕਸ਼ਨ ਨਹੀਂ ਹੋਈ, ਸਰਬਸੰਮਤੀ ਨਾਲ ਹੀ ਪੰਚਾਇਤ ਚੁਣੀ ਜਾਂਦੀ ਹੈ। ਅਤੇ ਉਹਨਾਂ ਨੇ ਆਪਣੀ ਸਰਪੰਚੀ ਦੇ ਦੌਰਾਨ ਪਿੰਡ ਦੀਆਂ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ, ਸ਼ਮਸ਼ਾਨ ਘਾਟ ਵਿੱਚ ਸ਼ੈੱਡ ਬਣਵਾਏ, ਮੋਟਰਾਂ ਲਵਾਈਆਂ ਸਮਰਸੀਬਲ, ਪੰਚਾਇਤੀ ਜ਼ਮੀਨ ਨੂੰ ਸਵਾਰਿਆ ਅਤੇ ਉੱਥੇ ਮੋਟਰ ਲਵਾਈ, ਗੁਰਦੁਆਰਾ ਸਾਹਿਬ ਦੇ ਵਿੱਚ ਵੀ ਬਹੁਤ ਕੰਮ ਕਰਵਾਇਆ। ਅਤੇ ਅਸੀਂ ਆਪਦੇ ਨਗਰ ਵਾਸੀਆਂ ਦੇ ਵੀ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਕਿ 3 ਵਾਰ ਲਗਾਤਾਰ ਇਹ ਸਰਪੰਚੀ ਦਾ ਮੌਕਾ ਦਿੱਤਾ ਔਰ ਸਰਬਸੰਮਤੀ ਦੇ ਨਾਲ। ਅਤੇ ਸਾਡਾ ਨਗਰ ਬਹੁਤ ਵਧੀਆ, ਤਕਰੀਬਨ ਜਲੰਧਰ ਜ਼ਿਲ੍ਹੇ 'ਚੋਂ ਮੇਰਾ ਖਿਆਲ ਪਹਿਲਾ ਪਿੰਡ ਹੈ ਕਿ ਜਿੱਥੇ ਅਜੇ ਤੱਕ ਵੀ ਇਲੈਕਸ਼ਨ ਨਹੀਂ ਕਦੇ ਹੋਈ, ਸਰਬਸੰਮਤੀ ਨਾਲ ਹੀ ਪੰਚਾਇਤ ਚੁਣੀ ਜਾਂਦੀ। ਇੱਕ ਖੁਦ ਜ਼ਿਮੀਦਾਰ ਹੋਣ ਦੇ ਨਾਤੇ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਇੱਕ ਬੇਨਤੀ ਕਰੂੰਗਾ ਕਿ ਆਪਾਂ ਜਿਹੜੀ ਝੋਨੇ ਦੀ ਪਰਾਲੀ ਹੈ ਜਾਂ ਕਣਕ ਦਾ ਨਾੜ ਰਹਿਣ ਖੂੰਹਦ ਹੈ, ਇਹਨੂੰ ਆਪਾਂ ਅੱਗ ਨਾ ਲਾਈਏ, ਕਿਉਂਕਿ ਇਹਦੇ ਨਾਲ ਨੁਕਸਾਨ ਬਹੁਤ ਹੋ ਰਿਹਾ। ਜ਼ਮੀਨ ਦੀ ਉਪਜਾਊ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ ਅਤੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ 'ਚ ਬਹੁਤ ਤਕਲੀਫ ਹੁੰਦੀ ਹੈ। ਜੋ ਸਰਕਾਰ ਨੇ ਉਪਰਾਲਾ ਕੀਤਾ ਹੁਣ 2500 ਰੁਪਈਆ ਕਿੱਲੇ ਦਾ ਦੇਣ ਦਾ, ਇਹ ਬਹੁਤ ਵਧੀਆ ਗੱਲ ਆ, ਪਰ ਇਹ ਅੱਜ ਤੋਂ 1.5 ਮਹੀਨਾ ਪਹਿਲਾਂ ਹੋਣਾ ਚਾਹੀਦਾ ਸੀ ਤਾਂ ਕਿ ਕੋਈ ਵੀ ਜ਼ਿਮੀਦਾਰ ਅੱਗ ਨਾ ਲਾ ਸਕੇ। ਚਲੋ ਦਰੁਸਤ ਆਇਆ, ਲੇਟ ਆਇਆ ਥੋੜ੍ਹਾ, ਕੋਈ ਗੱਲ ਨਹੀਂ, ਪਰ ਗਾਂਹ ਵਾਸਤੇ ਵੀ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਆਪਾਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਇਆ ਕਰੀਏ, ਕੋਈ ਜ਼ਿਆਦਾ ਔਖਾ ਕੰਮ ਨਹੀਂ। ਮੈਂ ਤਕਰੀਬਨ 4 ਸਾਲ ਤੋਂ ਖੁਦ ਆਲੂ ਦੀ ਖੇਤੀ ਵੀ ਕਰਦਾ ਅਤੇ ਸਮਾਨ ਵੀ ਲਿਆ ਹੋਇਆ, ਮਲਚਰ ਪਲੋ ਸਾਰਾ, ਅਤੇ ਮੈਂ 4 ਸਾਲ ਤੋਂ ਅੱਗ ਨਹੀਂ ਲਾ ਰਿਹਾ ਅਤੇ ਮੇਰੀ ਫਸਲ ਤੁਸੀਂ ਚੈੱਕ ਕਰ ਸਕਦੇ ਹੋ, ਬਹੁਤ ਵਧੀਆ ਹੋ ਰਹੀ ਆ, ਕੋਈ ਇਹੋ ਜਿਹੀ ਮੁਸ਼ਕਿਲ ਵਾਲੀ ਗੱਲ ਨਹੀਂ ਹੈਗੀ। ਅਤੇ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਹ ਜਿਹੜਾ ਮੁਆਵਜ਼ਾ ਐਲਾਨ ਕੀਤਾ ਹੈ, ਕਿਸਾਨਾਂ ਨੂੰ ਸਮੇਂ ਸਿਰ ਅਤੇ ਸਹੀ ਤਰੀਕੇ ਨਾਲ ਮਿਲ ਜਾਵੇ।